ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਬਰਤਨ ਬਣਾਉਣ ਵਾਲੀ ਫੈਕਟਰੀ ਦੀ ਮਸ਼ੀਨ ਆ ਕੇ ਪ੍ਰਵਾਸੀ ਮਹਿਲਾ ਦੀ ਹੋਈ ਮੌਤ, ਪੀੜਤ ਪਰਿਵਾਰ ਮੰਗ ਰਿਹਾ ਇਨਸਾਫ, ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕੋਨ ਵੀ ਦਬਾ ਲਓ। ਬਟਾਲਾ ਅੰਮ੍ਰਿਤਸਰ ਰੋਡ ਬਰਤਨ ਬਣਾਉਣ ਵਾਲੀ ਫੈਕਟਰੀ ਅਮਿਤ ਹੋਮ ਫੈਕਟਰੀ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਮਸ਼ੀਨ ਦੇ ਵਿੱਚ ਆ ਕੇ ਕਰੀਬ 25 ਸਾਲ ਦੀ ਪ੍ਰਵਾਸੀ ਮਹਿਲਾ ਅਨੁਸ਼ਕਾ ਦੀ ਮੌਤ ਹੋ ਗਈ। ਮਸ਼ੀਨ ਦੇ ਵਿੱਚ ਵਾਲ ਆਉਣ ਦੇ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ ਹੈ ਤੇ ਹੁਣ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾ ਪ੍ਰਵਾਸੀ ਮਹਿਲਾ ਦੇ ਮਾਤਾ ਪਿਤਾ ਨੇ ਕਿਹਾ ਕਿ ਉਹਨਾਂ ਦੀ ਬੇਟੀ ਵਿਆਹੀ ਹੋਈ ਸੀ ਪਰ ਉਸਦਾ ਪਤੀ ਉਸਨੂੰ ਛੱਡ ਕੇ ਜਾ ਚੁੱਕਾ ਹੈ ਤੇ ਉਹਨਾਂ ਦੀ ਬੇਟੀ ਬਟਾਲਾ ਅਮਿਤ ਹੋਮ ਅਪਲਾਇੰਸ ਨਾਮ ਦੀ ਬਰਤਨ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦੀ ਸੀ। ਉਹਨਾਂ ਦੱਸਿਆ ਕਿ ਪਤਾ ਨਹੀਂ ਕੀ ਹੋਇਆ, ਉਹਨਾਂ ਦੀ ਬੇਟੀ ਦੀ ਮਸ਼ੀਨ ਦੇ ਵਿੱਚ ਆਉਣ ਕਰਕੇ ਮੌਤ ਹੋ ਗਈ। ਉਹਨਾਂ ਕਿਹਾ ਕਿ ਮ੍ਰਿਤਕਾ ਦੀ ਛੋਟੀ ਬੇਟੀ ਵੀ ਹੈ ਤੇ ਉਹਨਾਂ ਨੂੰ ਇਨਸਾਫ ਚਾਹੀਦਾ ਹੈ। ਉਧਰ ਫੈਕਟਰੀ ਮਾਲਕ ਅਮਿਤ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਕੰਮ ਕਰਦੇ ਸਮੇਂ ਉਕਤ ਮਹਿਲਾ ਦੇ ਵਾਲ ਮਸ਼ੀਨ ਵਿੱਚ ਫਸਣ ਕਰਕੇ ਇਹ ਘਟਨਾ ਵਾਪਰ ਗਈ ਜਿਸ ਦੇ ਵਿੱਚ ਮਹਿਲਾ ਦੀ ਮੌਤ ਹੋ ਗਈ। ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਤੁਸੀਂ ਦੇਖ ਰਹੇ ਹੋ ਕਰਮਜੀਤ ਜੰਬਾ ਦੇ ਨਾਲ ਕੈਮਰਾਮੈਨ ਵਿਕਰਮਜੀਤ ਸਿੰਘ ਬਟਾਲਾ ਦੀ ਵਿਸ਼ੇਸ਼ ਰਿਪੋਰਟ। ਕਿਉਂਕਿ ਕੰਮ ਤੇ ਆਈ ਵਿਚਾਰੀ, ਕੀ ਹੋਇਆ ਨਹੀਂ ਹੋਇਆ ਤਾਂ ਭਗਵਾਨ ਨੂੰ ਪਤਾ ਹੋਊਗਾ, ਸਾਨੂੰ ਤਾਂ ਕੁਝ ਪਤਾ ਹੀ ਨਹੀਂ। ਹੁਣ ਆਣ ਕੇ ਕੀ ਵੇਖਿਆ ਤੁਸੀਂ? ਦੇਖੇ ਵਿਚਾਰੀ ਖੂਨ ਲਥਪਥ ਮਰੀ ਹੈ, ਕਹਿੰਦੇ ਕਿ ਪੈਰ ਫਿਸਲ ਗਈ ਹੈ। ਕੀ ਪਤਾ ਪੈਰ ਫਿਸਲਾ ਕੀ ਹੋਇਆ, ਮਤਲਬ ਪੈਰ ਬੰਦਾ ਖਿੱਚ ਵੀ ਸਕਦਾ ਨਾ। ਮਸ਼ੀਨ 'ਚ ਆਈ ਹੈ ਜਾਂ ਨਹੀਂ ਆਈ? ਆਈ ਹੈ ਮਸ਼ੀਨ 'ਤੇ। ਹੁਣ ਕੀ ਗੱਲ ਮੁੱਕੀ, ਪੁਲਿਸ ਨੂੰ ਇਨਫੋਰਮ ਕੀਤਾ ਕਿ ਨਹੀਂ ਕੀਤਾ? ਨਹੀਂ, ਹਾਲੇ ਕਿਸੇ ਨੇ ਕੀਤਾ। ਕਿਨੇ ਨੇ ਕੀਤਾ? ਉਮਰ ਕਿੰਨੀ ਹੈ ਜੀ? ਹਾਂਜੀ, ਉਮਰ ਕਿੰਨੀ ਲੜਕੀ ਦੀ? ਲੜਕੀ ਦੀ ਲੜਕੀ ਇਹੀ 21 ਸਾਲ ਹੋਣੀ ਉਮਰ। ਇਨਫੋਰਮ ਕਿਉਂ ਨਹੀਂ ਕੀਤਾ ਪੁਲਿਸ ਨੂੰ? ਫਿਰ ਕਿਉਂ ਨਹੀਂ ਦੱਸਿਆ? ਹਾਂਜੀ, ਪੁਲਿਸ ਨੂੰ ਕਿਉਂ ਨਹੀਂ ਕੀਤਾ ਇਨਫੋਰਮ? ਨਹੀਂ, ਮੈਂ ਤਾਂ ਹੁਣੇ ਵੀ ਕੁਝ ਦੇਰ ਪਹਿਲਾਂ ਪਤਾ ਲੱਗਾ ਤਾਂ ਮੈਂ ਆਇਆ ਦੇਖਣ ਵਾਸਤੇ ਕੀ ਗੱਲਬਾਤ ਹੋਈ ਆ। ਫਿਰ ਆਪਣੇ ਮਾਲਕ ਨੂੰ ਬੁਲਾਇਆ ਜਿੱਥੋਂ ਮੈਂ ਰਹਿਣਾ ਹੁਣ, ਉਹ ਆਏ ਤਾਂ ਵੀ ਗੱਲਬਾਤ ਕੀ ਚੱਲਣ ਡਿਆ ਰੱਬ ਜਾਣੇ। ਬਿਲਕੁਲ, ਜਿਹੜੀ ਬੱਚੀ ਸੀ ਤੁਹਾਡੇ ਕੋਲ ਰਹਿੰਦੀ ਸੀ, ਸ਼ਾਦੀਸ਼ੁਦਾ ਸੀ? ਸ਼ਾਦੀਸ਼ੁਦਾ ਸੀ, ਪਤਾ ਕਰਲਾ ਦੌੜ ਗਿਆ ਜੀ ਛੱਡ ਕੇ। ਮੈਂ ਉਹਦੇ ਇਹ ਕਿ ਬੱਚੇ ਕੇ ਬਾਰੇ ਸੇ ਕੁਛ ਸੋਚੋ, ਉਹਦੇ ਬੱਚੇ ਕੁਛ ਕਰੋ ਕਿ ਉਹਦਾ ਬੱਚੇ ਬੜਾ ਹੁਣ ਕੁਛ ਕਰਨਾ ਨਾ ਪੜੇ ਉਹਨੂੰ, ਕਿਉਂ ਅਸੀਂ ਬੁੱਢੇ ਹੋ ਚੁੱਕੇ ਹੈਂ, ਕਬ ਮਰ ਜਾਣਾ ਹਰਾ ਜਾਣਾ, ਲੇਕਿਨ ਕੁਛ ਰਹੇਗਾ ਉਸਕੋ ਤਬ ਤੋ ਕੋਈ ਸ਼ਾਦੀ ਵਿਆਹ ਕਰ ਸਕਦੇ ਹੋ? ਕੰਮ ਕਰ ਰਹੇ ਥੇ ਆਪ ਵੀ ਇਸੀ ਫੈਕਟਰੀ ਮੇਂ ਕਰਤੇ ਹੈ? ਨਹੀਂ, ਹਮ ਨਹੀਂ ਕੰਮ ਕਰ ਰਹੇ, ਹਮਾਰਾ ਲੜਕੀ। ਤੋ ਕਿਆ ਬਾਤ ਹੈ? ਕੰਮ ਕਰਤੇ ਹੋ ਬਤਾ ਚੁੰਨੀ ਵਾਲ ਲਪੇਟ ਲਿਆ ਮਸ਼ੀਨ ਮੇਂ, ਅਬ ਇਹ ਤੋ ਮੇਰੇ ਘਰ ਮੇਂ ਤਾਂ ਰੂਮ ਮੇਂ ਕਰ ਉਰੀ ਉਰੀ ਬੋਲੂ ਬੇਟੀ। ਤੋ ਕਿਆ ਕਰਤੇ ਅਮਿਤ ਜੀ, ਕੀ ਕੰਮ ਕਰਦੇ ਹੋ? ਮੇਰੀ ਬਰਤਨ ਦੀ ਫੈਕਟਰੀ ਹੈ। ਤੇ ਕੀ ਘਟਨਾ ਵਾਪਰੀ, ਕਿੰਨੇ ਵਜੇ ਵਾਪਰੀ? ਸ਼ਾਮੀ ਟਾਈਮ ਦਾ ਕੋਈ ਆਈਡੀਆ ਨਹੀਂ ਹੈ, ਥੋੜ੍ਹੀ ਦੇਰ ਹੋਈ ਹੈ। ਇਹ ਲੜਕੀ ਕੰਮ ਕਰਦੀ ਪਈ ਸੀ, ਥੋੜ੍ਹੇ ਦਿਨ ਹੋਇਆ ਹਲੇ ਕੰਮ ਕਰਦੇ ਹੋਏ, ਚੱਕਰ ਆਇਆ ਉਹਨੂੰ, ਕੀ ਹੋਇਆ ਆਪਣੇ ਆਪ ਗਿਰ ਗਈ ਆ, ਉਹਦੇ ਵਾਲ ਵੀ ਬੈਲਟ 'ਚ ਵਾਲ ਆ ਗਏ, ਉਹਦੇ ਕਾਰਨ ਪਤਾ ਨਹੀਂ ਕੀ ਹੋਇਆ, ਜੋ ਵੀ ਹੈ ਜੋ ਵੀ ਰੱਬ ਦਾ ਪਾਣਾ ਸੀ ਉਹ ਹੋ ਗਿਆ। ਬੈਲਟ 'ਚ ਵਾਲ ਆ ਗਏ, ਮਸ਼ੀਨ ਦੀ ਬੈਲਟ 'ਚ ਵਾਲ ਆਏ ਨੇ, ਉਹਦੇ ਕਾਰਨ ਜੋ ਵੀ ਰੱਬ ਦਾ ਪਾਣਾ ਸੀ ਦੌੜ ਨੂੰ ਮਨਜ਼ੂਰੀ ਉਹ ਹੋਇਆ। ਬਾਕੀ ਪੁਲਿਸ ਆ ਰਹੀ, ਜੋ ਵੀ ਕਾਰਵਾਈ ਬਣਦੀ ਹੈ ਦੇਖਦੇ ਹਾਂ। ਸਾਨੂੰ ਇੰਟੀਮੇਸ਼ਨ ਮਿਲੀ ਆ ਵੀ ਜੋਤੀ ਨਾਂ ਦੀ ਲੜਕੀ ਹੈ ਜਿਹੜੀ ਅਮਿਤ ਗੁਪਤਾ ਦੀ ਫੈਕਟਰੀ ਭਾਂਡੇ ਵਾਲੀ ਕੰਮ ਕਰਦੀ, ਅਜੇ ਆਏ ਹਾਂ ਤੇ ਲੱਗੇ ਹਾਂ ਵੇਖਣ ਮੌਕਾ ਵੇਖ ਕੇ, ਉਹਦੇ ਮੁਤਾਬਕ ਪਤਾ ਲੱਗਾ ਵੀ ਇਹਦੀ ਮੌਤ ਹੋ ਗਈ ਹੈ, ਤੇ ਉਹਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੈ। ਮੌਕੇ ਤੇ ਹੀ ਆਏ ਹੋ, ਕਿਸ ਤਰੀਕੇ ਨਾਲ ਇਹਨਾਂ ਦੀ ਮੌਤ ਹੋਈ ਆ? ਇਹਦੇ ਮਸ਼ੀਨ ਦੇ ਵਿੱਚ ਨਾ ਇਹਦੇ ਵਾਲ ਮਲੇ ਗਏ ਸਿਰ ਦੇ, ਤੇ ਉਹਦੇ ਮੁਤਾਬਕ ਵੇਖ ਕੇ ਲੱਗੇ ਕਰੋ ਅਗਲੀ ਕਾਰਵਾਈ ਕੀ ਕਰਨੀ, ਅਜੇ ਆਏ ਮੌਕਾ ਵੇਖ ਕੇ ਉਹਦੇ ਮੁਤਾਬਕ ਕਰਦੇ।